ਮਣੀਪੁਰ ਵਿੱਚ ਦੋ ਔਰਤਾਂ ਨੂੰ ਨਗਨ ਕਮਾਉਣ ਦੇ ਮਾਮਲੇ ਵਿੱਚ ਸੀਬੀਆਈ ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਕਰਮਚਾਰੀ ਕਥਿਤ ਤੌਰ ਤੇ ਕੂਕੀ ਜੋਮੀ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਆਪਣੀ ਸਰਕਾਰੀ ਜਿਪਸੀ ਵਿੱਚ ਕਾਂਗਪੋਕਪੀ ਜ਼ਿਲ੍ਹੇ ਵਿੱਚ ਲਗਭਗ 1,000 ਮਿਤੀ ਦੰਗਾਕਾਰੀਆਂ ਦੀ ਭੀੜ ਦੇ ਵਿੱਚ ਲੈ ਕੇ ਗਏ ਸਨ। ਚਾਰਜਸ਼ੀਟ ਦੇ ਵਿੱਚ ਕਿਹਾ ਗਿਆ ਹੈ ਕਿ ਰਾਜ ਵਿੱਚ ਜਾਤੀ ਹਿੰਸਾ ਦੌਰਾਨ ਬੇਰਹਿਮੀ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਪਹਿਲਾਂ ਦੋਵਾਂ ਔਰਤਾਂ ਨੂੰ ਨੰਗਾ ਕਰ ਦਿੱਤਾ ਗਿਆ ਅਤੇ ਘੁਮਾਇਆ ਗਿਆ। ਇੰਨਾ ਹੀ ਨਹੀਂ, ਭੀੜ ਨੇ ਉਸੇ ਪਰਿਵਾਰ ਦੀ ਤੀਜੀ ਔਰਤ ਤੇ ਵੀ ਹਮਲਾ ਕਰ ਦਿੱਤਾ ਅਤੇ ਉਸ ਨੂੰ ਨਗਨ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਚਾਰਜਸ਼ੀਟ ਅਨੁਸਾਰ ਤਿੰਨੇ ਪੀੜਤਾਂ ਨੇ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਤੋਂ ਮਦਦ ਮੰਗੀ ਸੀ, ਪਰ ਉਹਨਾਂ ਨੂੰ ਕੋਈ ਮਦਦ ਨਹੀਂ ਦਿੱਤੀ ਗਈ। ਉਹਨਾਂ ਵਿੱਚੋਂ ਇੱਕ ਔਰਤ ਕਾਰਗਿਲ ਦੀ ਜੰਗ ਵਿੱਚ ਹਿੱਸਾ ਲੈਣ ਵਾਲੇ ਫੌਜੀ ਦੀ ਪਤਨੀ ਸੀ। ਉਸਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਸੁਰੱਖਿਅਤ ਥਾਂ ਤੇ ਲਿਜਾਣ ਲਈ ਕਿਹਾ ਸੀ, ਪਰ ਪੁਲਿਸ ਮੁਲਾਜ਼ਮਾਂ ਨੇ ਕਥਿਤ ਤੌਰ ਤੇ ਉਸ ਨੂੰ ਕਿਹਾ ਕਿ ਉਹਨਾਂ ਕੋਲ ਗੱਡੀ ਦੀਆਂ ਚਾਬੀਆਂ ਨਹੀਂ ਹਨ। ਜ਼ਿਕਰਯੋਗ ਹੈ ਕਿ 4 ਮਈ 2023 ਨੂੰ ਵਾਪਰੀ ਇਸ ਘਟਨਾ ਦਾ ਵੀਡੀਓ ਇਸ ਦੇ ਵਾਪਰਨ ਦੇ ਕਰੀਬ 2 ਮਹੀਨੇ ਬਾਅਦ ਪਿਛਲੇ ਸਾਲ ਜੁਲਾਈ ਦੇ ਵਿੱਚ ਜਾਰੀ ਕੀਤਾ ਗਿਆ ਸੀ। ਵੀਡੀਓ ਵਿੱਚ ਦੋ ਔਰਤਾਂ ਨੂੰ ਮਰਦਾਂ ਦੀ ਭੀੜ ਵਿੱਚ ਨਗਨ ਹਾਲਤ ਵਿੱਚ ਘੁਮਾਉਂਦੇ ਹੋਏ ਵਿਖਾਇਆ ਗਿਆ ਸੀ। ਪਿਛਲੇ ਸਾਲ 16 ਅਕਤੂਬਰ ਨੂੰ ਸੀਬੀਆਈ ਨੇ ਗੁਹਾਟੀ ਦੀ ਸੀਬੀਆਈ ਅਦਾਲਤ ਦੇ ਵਿਸ਼ੇਸ਼ ਜੱਜ ਅੱਗੇ 16 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਅਤੇ ਸੀਸੀਐਲ ਵਿਰੁੱਧ ਰਿਪੋਰਟ ਦਾਖਲ ਕੀਤੀ ਸੀ। ਇਲਜ਼ਾਮ ਹੈ ਕਿ ਦੋਵੇਂ ਔਰਤਾਂ AK ਰਾਈਫਲ, SLR ਇੰਸਾਸ ਅਤੇ 303 ਰਾਈਫਲ ਵਰਗੇ ਆਧੁਨਿਕ ਹਥਿਆਰਾਂ ਨਾਲ ਲੈਸ 900 ਤੋਂ 1,000 ਲੋਕਾਂ ਦੀ ਭੀੜ ਤੋਂ ਭੱਜ ਰਹੀਆਂ ਸਨ। ਇਸ ਵਿੱਚ ਕਿਹਾ ਗਿਆ ਹੈ ਕਿ ਭੀੜ ਨੇ ਸੈਕੁਲ ਥਾਣੇ ਤੋਂ ਲਗਭਗ 66 ਕਿਲੋਮੀਟਰ ਦੱਖਣ ਵਿੱਚ ਕੰਗਪੋਕਪੀ ਜ਼ਿਲ੍ਹੇ ਵਿੱਚ ਉਸਨੇ ਪਿੰਡ B ਫੋਨੇਮ ਵਿੱਚ ਸਾਰੇ ਘਰਾਂ ਨੂੰ ਤੋੜ ਦਿੱਤਾ ਅਤੇ ਅੱਗ ਵੀ ਲਗਾ ਦਿੱਤੀ।